ਟੀਟੂ ਬਾਣੀਆਂ ਅੱਜ ਫਿਰ ਸਰਕਾਰਾਂ ਨੂੰ ਜਗਾਉਣ ਆਇਆ ਵਾ ਕਿਉਂਕਿ ਅਸੀਂ ਐਮਪੀ ਬਣਾਤੇ ਅਸੀਂ ਐਮਐਲਏ ਬਣਾਤੇ ਅਸੀਂ ਪ੍ਰਧਾਨ ਮੰਤਰੀ ਬਣਾਤੇ ਅਸੀਂ ਮੁੱਖ ਮੰਤਰੀ ਬਣਾਤੇ ਪਰ ਸਾਰੇ ਨਿਕੰਮੇ ਬਣਾਤੇ ਆ ਮਹਿੰਗਾਈ ਇੰਨੀ ਜ਼ੋਰਾਂ ਤੇ ਆ ਕਰਾਂ ਪਹਿਲਾਂ ਜਦੋਂ ਪਿਆਜ ਕੱਟਦੇ ਹੁੰਦੇ ਸੀਗੇ ਅੱਖਾਂ 'ਚੋਂ ਹੰਝੂ ਆਉਂਦੇ ਸੀਗੇ ਅੱਜ ਕੱਲ੍ਹ ਜਦੋਂ ਪਿਆਜ ਲੈਣ ਜਾਂਦੇ ਹਾਂ ਉਦੋਂ ਹੰਝੂ ਆਉਂਦੇ ਆ ਸਾਡੇ ਕੋਲ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਪਕੌੜੇ ਬਣਾ ਬਣਾ ਕੇ ਸਰੋਂ ਦੇ ਤੇਲ 'ਚ ਖਵਾਉਂਦੇ ਹੁੰਦੇ ਸੀਗੇ ਹੁਣ ਪਕੌੜੇ ਛੱਡੋ ਸਿਰ 'ਤੇ ਲਾਉਣ ਲੱਗੇ ਵੀ 100 ਵਾਰੀ ਸੋਚਦੇ ਹਾਂ ਵੀ ਲਾਈਏ ਕਿ ਨਾ ਲਾਈਏ ਫਿਰ ਪਹਿਲਾਂ ਪਿਓ ਪੋਤਾ ਉਹਦੇ ਬੱਚੇ ਨੂੰ ਕਹਿੰਦਾ ਹੁੰਦਾ ਸੀਗਾ ਕਹਿੰਦਾ ਸੀ ਇਮਾਨਦਾਰੀ ਨਾਲ ਕੰਮ ਕਰ ਲਿਓ ਰੋਟੀ ਭਾਵੇਂ ਚਟਨੀ ਨਾ ਖਾ ਲਿਓ ਪਰ ਅੱਜ ਕੱਲ੍ਹ ਭਾਈ ਚਟਨੀ ਵੀ ਮਹਿੰਗੀ ਹੋਈ ਹੋਈ ਆ ਸਾਡੀਆਂ ਸਰਕਾਰਾਂ ਵੱਡੇ ਵੱਡੇ ਐਲਾਨ ਕਰਦੀਆਂ ਨੇ ਅਸੀਂ ਫਲਾਨਾ ਐਲਾਨ ਕਰਤਾ ਫਲਾਨਾ ਐਲਾਨ ਕਰਤਾ ਕਦੇ ਕਿਸੇ ਦੇ ਵਿਆਹ 'ਚ ਵੜ ਜਾਂਦੇ ਆ ਕਦੇ ਹਾਕੀ ਖੇਲੀ ਜਾਂਦੇ ਨੇ ਪਰ ਲੋਕਾਂ ਦੀਆਂ ਮੁਸੀਬਤਾਂ ਨੂੰ ਕੋਈ ਨਹੀਂ ਦੇਖ ਰਿਹਾ ਕਰਾਂ ਕਾਂਗਰਸ ਸਰਕਾਰ ਨੂੰ ਮੈਂ ਬੇਨਤੀ ਕਰਦਾ ਵਾਂ ਵੀ ਉਹੀ ਤੁਸੀਂ ਡਰਾਮੇ ਨਾ ਕਰੋ ਤੁਹਾਡਾ ਤਾਂ ਇੱਕ ਰੂਲ ਬਣਾ ਲਿਆ ਵੀ 4.5 ਸਾਲ ਪੂਰਾ ਰੱਜ ਕੇ ਲੋਕਾਂ ਨੂੰ ਲੁੱਟੋ ਉਸ ਤੋਂ ਬਾਅਦ ਤੁਸੀਂ ਕੀ ਕਰੋ ਵੀ ਮੁੱਖ ਮੰਤਰੀ ਬਦਲ ਦਿਓ ਫਿਰ ਤੁਸੀਂ ਕਹੋ ਇੱਕ ਮੌਕਾ ਹੋਰ ਦੇ ਦਿਓ ਇੱਕ ਮੌਕਾ ਜੇ ਤੁਹਾਨੂੰ ਫੇਰ ਦਿੱਤਾ ਫਿਰ ਤੁਸੀਂ 4.5 ਸਾਲ ਲੁੱਟੋਗੇ ਅੱਜ ਹਰੇਕ ਚੀਜ਼ ਮਹਿੰਗੀ ਆ ਪੈਟਰੋਲ ਨੂੰ ਅੱਗ ਲੱਗੀ ਹੋਈ ਆ ਡੀਜ਼ਲ ਕਿਸਾਨਾਂ ਵਾਸਤੇ ਅੱਗ ਲੱਗੀ ਪਈ ਆ ਚੌਲ 100 ਰੁਪਏ ਤੋਂ ਸਸਤਾ ਹੈ ਨਹੀਂ ਕਿਤਾ ਮਟਰ 120 ਰੁਪਏ ਕਿਲੋ ਆ ਟਮਾਟਰ 80 ਰੁਪਏ ਕਿਲੋ ਹੋਏ ਹੋਏ ਆ ਆਹ ਰਿਫੈਂਡ 200 ਰੁਪਏ ਕਿਲੋ ਆ ਯਾਨੀ ਕਹਿਣ ਦਾ ਭਾਵ ਅਸੀਂ ਅੱਜ ਸਰਕਾਰਾਂ ਨੂੰ ਜਗਾਉਣ ਆਏ ਹਾਂ ਵੀ ਤੁਸੀਂ ਜਾਗੋ ਲੋਕ ਮਰ ਰਹੇ ਨੇ ਜੇ ਤੁਸੀਂ ਹੁਣ ਵੀ ਨਾ ਜਾਗੇ ਲੋਕਾਂ ਨੇ ਢਿੱਡ ਦੀ ਭੁੱਖ ਮਿਟਾਉਣ ਵਾਸਤੇ ਡਾਕੇ ਮਾਰਨੇ ਨੇ ਫਿਰ ਚੋਰੀਆਂ ਦੀ ਵਾਰਦਾਤਾਂ ਵਧਣਗੀਆਂ ਕਰਾਂ ਜਾਂਦੇ ਨੂੰ ਬੰਦਾ ਲੁੱਟਿਆ ਕਰੂਗਾ ਕਿਉਂਕਿ ਲੋਕਾਂ ਨੇ ਢਿੱਡ ਦਾ ਭਰਨਾ ਹੀ ਆ ਅੱਜ ਟੀਟੂ ਬਾਣੀਆਂ ਫਿਰ ਲੋਕਾਂ ਦੀ ਆਵਾਜ਼ ਬਣ ਕੇ ਕਰਾਂ ਇੱਥੇ ਡੀਸੀ ਦਫ਼ਤਰ ਆਇਆ ਵਾ ਕਿਉਂਕਿ ਅਸੀਂ ਦੋਸਤੋ ਪ੍ਰਧਾਨ ਮੰਤਰੀ ਵੀ ਅਸੀਂ ਬੇਕਾਰ ਚੁਣ ਲਿਆ ਮੁੱਖ ਮੰਤਰੀ ਵੀ ਅਸੀਂ ਡਰਾਮੇਬਾਜ਼ ਚੁਣ ਲਏ ਕਰਾਂ ਅਤੇ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਪੈਸੇ ਕਮਾਉਣ 'ਚ ਲੱਗੇ ਹੋਏ ਆ ਲੋਕਾਂ ਬਾਰੇ ਨਹੀਂ ਸੋਚਦੇ ਕਰਾਂ ਮੈਂ ਅੱਜ ਸਰਕਾਰਾਂ ਨੂੰ ਡੀਸੀ ਨੂੰ ਜਗਾਉਣ ਵਾਸਤੇ ਇੱਥੇ ਡੀਸੀ ਦਫ਼ਤਰ ਦੁਕਾਨ ਖੋਲ੍ਹੀ ਆ ਤਾਂ ਜੋ ਇਹਨਾਂ ਨੂੰ ਰੇਟ ਪਤਾ ਲੱਗ ਸਕਣ ਕਿਉਂਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਦਾ ਇਲਾਜ ਵੀ ਮੁਫਤ ਹੋ ਜਾਂਦਾ ਵਾ ਸਾਡੇ ਤਾਂ ਇੱਥੇ ਇਲਾਜ ਵੀ ਮਹਿੰਗਾ ਵਾ ਕਰਾਂ ਅਤੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਬ੍ਰਾਂਡਡ ਖਾਂਦੇ ਨੇ ਕਰਾਂ ਲੇਕਿਨ ਗਰੀਬ ਬੰਦਾ ਆਮ ਚੀਜ਼ਾਂ ਖਾਣ ਤੋਂ ਵੀ ਲਾਚਾਰ ਹੋਇਆ ਹੋਇਆ ਵਾ ਅਤੇ ਐਜੂਕੇਸ਼ਨ ਲਾ ਲਓ ਪੜ੍ਹਾਈ ਲਿਖਾਈ ਬੱਚਿਆਂ ਦੀ ਮਹਿੰਗੀ ਆ ਇੱਧਰ ਕਰੋਨਾ ਕਰਕੇ ਅਸੀਂ ਦੁਖੀ ਹਾਂ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ ਕਰਾਂ ਕਰੋਨਾ ਹਜੇ ਲੋਕ ਉੱਠੇ ਨਹੀਂ ਕਰਾਂ ਗਰੀਬ ਦੀ ਤਨਖਾਹ ਨਹੀਂ ਵਧੀ ਗਰੀਬ ਦੀ ਦਿਹਾੜੀ ਨਹੀਂ ਵਧੀ ਪਰ ਰੇਟ ਦੋਸਤੋ ਕਰਾਂ ਆਸਮਾਨ ਨੂੰ ਸੂਰੇ ਨੇ ਸਾਡੀ ਸਰਕਾਰਾਂ ਸੁੱਤੀਆਂ ਪਈਆਂ ਨੇ ਟੀਟੂ ਬਾਣੀ ਨੇ ਕੋਈ ਡਿਸਕਾਊਂਟ ਲਾਇਆ ਕਿ ਨਹੀਂ ਲਾਇਆ ਜਾਂ ਟੀਟੂ ਬਾਣੀ ਵੀ ਲੋਕ ਮੈਨੂੰ ਡਿਸਕਾਊਂਟ ਚੀਜ਼ ਮਿਲੀ ਨਹੀਂ ਜੀ ਕਰਾਂ ਮੈਂ ਡਿਸਕਾਊਂਟ ਕੀ ਲਾਊਂਗਾ ਕਰਾਂ ਹੱਟੀ ਖੋਲ੍ਹਣਾ ਵੀ ਇੱਕ ਜੱਬ ਖਾਨਾ ਹੀ ਆ ਹੁਣ ਤਾਂ ਗਰੀਬ ਬੰਦਾ ਹੱਟੀ ਵੀ ਨਹੀਂ ਖੋਲ੍ਹ ਸਕਦਾ ਕਰਾਂ ਅੱਗੇ ਥੋੜ੍ਹਾ ਮੋਟਾ ਸਮਾਨ ਰੱਖ ਲੈਂਦਾ ਸੀਗਾ ਵੀਰੇ ਮਹਿੰਗਾ ਸਮਾਨ ਆਇਆ ਵਾ ਟੀਟੂ ਬਾਣੀਆਂ ਵੀ ਇੱਥੇ ਮਹਿੰਗਾ ਹੀ ਵੇਚਦਾ ਕਰਾਂ